ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਫਰਾਈਡੇ ਆ ਚੁੱਕਿਆ ਜੀ ਫਰਾਈਡੇ ਨੂੰ ਇਸ ਟਾਈਮ ਲੈ ਕੇ ਆਉਂਦੇ ਆ ਤੁਹਾਡੇ ਲਈ ਰੀਅਲ ਅਸਟੇਟ ਐਡਵਾਈਸ ਰੀਅਲ ਅਸਟੇਟ ਜਗਤ ਦੇ ਵਿੱਚ ਕੀ ਕੁਝ ਸਰਗਰਮੀਆਂ ਚੱਲ ਰਹੀਆਂ ਹਨ ਤੁਹਾਨੂੰ ਹਮੇਸ਼ਾ ਅਸੀਂ ਮਿਲਵਾਉਂਦੇ ਹਾਂ ਰਾਜ ਜੱਗੀ ਅਤੇ ਰਾਹੁਲ ਜੱਗੀ ਹੋਰਾਂ ਨਾਲ ਜੋ ਕਿ ਨਿਊਯਾਰਕ ਈਸਟ ਕੋਸਟ ਦੇ ਵਿੱਚ ਦੱਸਦੇ ਹਨ ਲੌਂਗ ਆਈਲੈਂਡ ਨਿਊਯਾਰਕ ਦੇ ਵਿੱਚ ਕੀ ਇਸ ਟਾਈਮ ਸਰਗਰਮੀਆਂ ਹਨ ਵੈਨ ਇਟ ਕਮਸ ਟੂ ਰੀਅਲ ਅਸਟੇਟ ਐਡਵਾਈਸ ਸਿੱਧਾ ਲੈ ਕੇ ਚੱਲਦੇ ਹਾਂ ਤੁਹਾਨੂੰ 54 ਵੈਸਟ ਜੌਨ ਸਟਰੀਟ ਹਿਕਸਵਿਲ ਜੱਗੀ ਰੀਅਲ ਅਸਟੇਟ ਕੰਪਨੀ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਰਾਜ ਜੱਗੀ ਜੀ ਔਰ ਲੈਂਦੇ ਆ ਉਹਨਾਂ ਤੋਂ ਪ੍ਰੋਪਰਟੀ ਐਡਵਾਈਸ ਔਰ ਰੀਅਲ ਅਸਟੇਟ ਐਡਵਾਈਸ ਜੇਕਰ ਤੁਸੀਂ ਆਪਣਾ ਘਰ ਅਜੇ ਤੱਕ ਬਾਏ ਨਹੀਂ ਕੀਤਾ ਤੁਸੀਂ ਆਪਣਾ ਮਨ ਬਣਾ ਲਿਆ ਇਸ ਸਾਲ ਅਤੇ ਕਿਹੜੇ ਕਿਹੜੇ ਘਰ ਅਵੇਲੇਬਲ ਨੇ ਉਹਨਾਂ ਦੇ ਕੋਲ ਕਿਹੜੀ ਇਨਵੈਂਟੋਰੀ ਹੈ ਉਹ ਵੀ ਵੇਖਾਂਗੇ ਔਰ ਕਿਵੇਂ ਉਹਨਾਂ ਨੇ ਸੈਲੀਬ੍ਰੇਟ ਕੀਤਾ ਆਪਣਾ ਬਰਥਡੇ ਵੀ ਉਹ ਵੀ ਉਹਨਾਂ ਤੋਂ ਜਾਣਾਂਗੇ ਇਹ ਬਰਥਡੇ ਮੰਥ ਸੀਗਾ ਰਾਜ ਜੀ ਹੋਰਾਂ ਦਾ ਔਰ ਉਹਨਾਂ ਦੀ ਟੀਮ ਨੇ ਬਕਾਇਦਾ ਬਰਥਡੇ ਸੈਲੀਬ੍ਰੇਸ਼ਨ ਵੀ ਉਹਨਾਂ ਦੇ ਆਫਿਸ ਦੇ ਵਿੱਚ ਕੀਤੀ ਲੈਟਸ ਗੋ ਟੂ ਰਾਜ ਜੱਗੀ ਜੀ ਰਾਜ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਰੱਬ ਤੁਹਾਨੂੰ ਇਸੇ ਤਰੀਕੇ ਨਾਲ ਤੰਦਰੁਸਤੀ ਵੀ ਬਖਸ਼ੇ ਅਤੇ ਤੁਸੀਂ ਇਸੇ ਤਰੀਕੇ ਨਾਲ ਲੋਕਾਂ ਨੂੰ ਉਹਨਾਂ ਦੇ ਡ੍ਰੀਮ ਹਾਊਸ ਵਿਖਾਉਂਦੇ ਰਹੋ ਉਹਨਾਂ ਦੀ ਲਾਈਫ ਨੂੰ ਚੇਂਜ ਕਰਦੇ ਰਹੋ ਥੈਂਕ ਯੂ ਵੈਰੀ ਮੱਚ ਜੀ ਆਏ ਪਤਾ ਨਹੀਂ ਇਸ ਵਾਰੀ ਤਾਂ ਕੀ ਹੋਇਆ ਕਿ ਇੰਨੀਆਂ ਕਾਲਾਂ ਇੰਨੀਆਂ ਟੈਕਸਟਾਂ ਵਟਸਐਪ ਮੈਸੇਜ ਪਤਾ ਨਹੀਂ ਕਿੱਥੋਂ ਕਿੱਥੋਂ ਕੈਲੀਫੋਰਨੀਆ ਤੋਂ ਕੈਨੇਡਾ ਤੋਂ ਲੋਕਾਂ ਨੇ ਮੈਂ ਸਾਰਿਆਂ ਦਾ ਜਿੰਨੇ ਵੀ ਬੰਦਿਆਂ ਨੇ ਮੈਨੂੰ ਮੇਰੇ ਫੇਸਬੁੱਕ 'ਤੇ ਮੈਨੂੰ ਪਰਸਨਲ ਕਾਲ ਕਰਕੇ ਵਧਾਈ ਦਿੱਤੀ ਅਤੇ ਮੈਨੂੰ ਪੁੱਛਦੇ ਕਿੰਨੇ ਸਾਲ ਦੇ ਹੋ ਗਏ ਮੈਂ ਕਿਹਾ ਜਦ ਤੱਕ 60 ਦੇ ਨਹੀਂ ਹੁੰਦੇ 50 ਸਾਲ ਦੇ ਹੀ ਹੈਗੇ ਆ ਮੈਂ 50 ਸਾਲ ਦਾ ਹੋ ਗਿਆ ਨਹੀਂ ਇਹ ਇਹ ਆਈ ਥਿੰਕ ਤੁਹਾਡੀ ਗੁੱਡਵਿਲ ਹੈ ਔਰ ਤੁਹਾਡੀ ਤੁਹਾਡਾ ਪਿਆਰ ਹੈ ਜਿਨ੍ਹਾਂ ਨੇ ਤੁਹਾਨੂੰ ਕਾਲ ਵੀ ਕੀਤੀ ਔਰ ਰੱਬ ਇਸੇ ਤਰੀਕੇ ਨਾਲ ਹਰ ਕਿਸੇ ਨੂੰ ਜਿਹੜਾ ਹੈਗਾ ਉਹ ਤੰਦਰੁਸਤ ਵੀ ਰੱਖੇ ਕਿਉਂਕਿ ਕਈ ਸਾਰੀਆਂ ਅਸੀਂ ਖਬਰਾਂ ਸੁਣੀਆਂ ਵੀ ਹਨ ਅਤੇ ਪਰ ਜਿਹੜਾ ਹੁਣ ਆਉਣ ਵਾਲਾ ਸਮਾਂ ਹੈਗਾ ਸਾਰਿਆਂ ਦੇ ਲਈ ਗੁਰੂ ਸਾਹਿਬ ਮਿਹਰ ਬਣਾ ਕੇ ਰੱਖਣ ਅਤੇ ਸਰਗਰਮੀਆਂ ਦੀ ਗੱਲ ਕਰੀਏ ਰੀਅਲ ਇਸਟੇਟ ਜਗਤ ਦੇ ਵਿੱਚ ਕੀ ਕੁਝ ਚੱਲ ਰਿਹਾ ਰਾਜ ਜੀ ਰੀਅਲ ਇਸਟੇਟ ਦੀ ਮਾਰਕੀਟ ਦਿਨ ਬ ਦਿਨ ਹੌਟ ਹੋਈ ਜਾ ਰਹੀ ਹੈ ਤੋ ਵਿੱਚ ਮਜ਼ਾ ਆ ਰਿਹਾ ਹੈਗਾ ਕਈ ਬੰਦੇ ਕਹਿੰਦੇ ਨੇ ਸਾਨੂੰ ਪ੍ਰਾਪਰਟੀਆਂ ਨਹੀਂ ਮਿਲ ਰਹੀਆਂ ਸਾਨੂੰ ਬਾਇਰ ਨਹੀਂ ਮਿਲ ਰਹੇ ਵਿਦ ਦਾ ਗ੍ਰੇਸ ਆਫ ਗੋਡ ਵਿਦ ਆਲ ਭਰਾਵਾਂ ਦੇ ਪਿਆਰ ਨਾਲ ਸੋ ਵੀ ਆਰ ਸਰਵਿੰਗ ਅਵਰ ਕਮਿਊਨਿਟੀ ਅਵਰ ਅਮੈਰੀਕਨ ਕਮਿਊਨਿਟੀ ਇੰਡੀਅਨ ਕਮਿਊਨਿਟੀ ਐਵਰੀ ਕਮਿਊਨਿਟੀ ਸੋ ਮੇਰਾ ਰੱਬ ਦੀ ਬਹੁਤ ਵਧੀਆ ਚੱਲ ਰਿਹਾ ਹੈਗਾ ਬਾਇਰ ਨੂੰ ਘਰ ਮਿਲ ਰਹੇ ਨੇ ਅਤੇ ਸੈਲਰ ਨੂੰ ਮੋਰ ਦੈਨ ਆਸਕਿੰਗ ਪ੍ਰਾਈਸ ਘਰ ਆ ਰਹੇ ਨੇ ਤੋ ਇਟਸ ਲਾਈਕ ਇਹਦੇ ਤਾਂ ਜਿਹੜਾ ਬੰਦਾ ਫਿੱਟ ਹੈ ਉਹੀ ਜਿੱਤੂਗਾ ਜਿਹੜਾ ਆਮ ਬੰਦਾ ਉਹ ਜਿੱਤੂਗਾ ਨਹੀਂ ਇਹ ਜਿਹੜੀ ਗੇਮ ਹੈ ਇਹ ਫਿਟੈਸਟ ਟੂ ਸਰਵਾਈਵਲ ਦੀ ਹੋ ਚੁੱਕੀ ਹੈ ਅੱਜ ਦੀ ਡੇਟ ਦੇ ਵਿੱਚ ਅਤੇ ਪੂਰੀ ਖਿੱਚਾਤਾਨੀ ਹੋ ਰਹੀ ਹੈ ਨਹੀਂ ਅਫਕੋਰਸ ਇੰਜੋਏ ਹੋਣਾ ਵੀ ਚਾਹੀਦਾ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਟੀ ਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਅਸੀਂ ਇਸ ਟਾਈਮ ਸਟੂਡੀਓ ਦੇ ਵਿੱਚ ਲਾਈਵ ਹਾਂ ਜੇਕਰ ਤੁਸੀਂ ਕਾਲ ਕਰਕੇ ਰਾਜ ਜੀ ਨਾਲ ਗੱਲ ਕਰਨਾ ਚਾਹੁੰਦੇ ਹੋ ਔਰ ਜੇਕਰ ਤੁਸੀਂ ਉਹਨਾਂ ਦੀ ਸਰਵਿਸਿਜ਼ ਲਿੱਤੀਆਂ ਸੀਗੀਆਂ ਔਰ ਤੁਹਾਨੂੰ ਉਹਨਾਂ ਨੇ ਤੁਹਾਨੂੰ ਘਰ ਦਵਾਇਆ ਤਾਂ ਵੀ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜੇਕਰ ਤੁਸੀਂ ਉਹਨਾਂ ਦੇ ਜਨਮ ਦਿਨ ਦੀਆਂ ਵੀ ਸ਼ੁਭਕਾਮਨਾਵਾਂ ਦੇਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਸਾਡੀ ਟੀਮ ਜਿਹੜਾ ਹੈ ਟੀਮ ਜਿਹੜੀ ਹੈਗੀ ਹੈ ਉਹ ਸਟੂਡੀਓ ਦਾ ਨੰਬਰ ਫਲੈਸ਼ ਕਰ ਰਹੀ ਹੈ ਟੀ ਵੀ ਸਕਰੀਨ ਦੇ ਉੱਤੇ ਤੁਸੀਂ ਉਸ ਨੰਬਰ ਨੂੰ ਮਿਲਾਓ ਸਿੱਧਾ ਸਾਨੂੰ ਸਟੂਡੀਓ 'ਚ ਕਾਲ ਕਰੋ ਰਾਜ ਜੀ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਮਨ ਬਣਾਇਆ 2021 ਦੇ ਵਿੱਚ ਆਪਣਾ ਘਰ ਲੈਣ ਦਾ ਤਾਂ ਵੀ ਤੁਸੀਂ ਸਵਾਲ ਪੁੱਛ ਸਕਦੇ ਹੋ ਰਾਜ ਜੀ ਹੋਰਾਂ ਤੋਂ ਰਾਜ ਜੀ ਇਨਵੈਂਟੋਰੀ ਦੀ ਗੱਲ ਕਰੀਏ ਕਈ ਸਾਰੇ ਮਕਾਨ ਆਏ ਨੇ ਮਾਰਕੀਟ ਦੇ ਵਿੱਚ ਅਤੇ ਮੈਂ ਆਪਣੀ ਟੀਮ ਨੂੰ ਵੀ ਰਿਕੁਐਸਟ ਕਰਾਂਗਾ ਕਿ ਪਹਿਲਾਂ ਟੌਪ ਡਾਲਰ ਦਾ ਜਿਹੜਾ ਘਰ ਹੈ ਉਹ ਲੈ ਕੇ ਆਏ ਔਰ ਇਸ ਬਾਰੇ ਸਾਨੂੰ ਜਾਣਕਾਰੀ ਵੀ ਦੇਵੇ ਦਰਸ਼ਕਾਂ ਦੀ ਜਾਣਕਾਰੀ ਲਈ ਇਹ ਦੱਸ ਦਈਏ ਕਿ ਤੁਸੀਂ ਜਿੱਥੇ ਕਿੱਥੇ ਵੀ ਨਿਊਯਾਰਕ ਦੇ ਵਿੱਚ ਰਹਿੰਦੇ ਹੋ ਜੇਕਰ ਤੁਸੀਂ ਇਹਨਾਂ ਦਾ ਘਰ ਬਾਏ ਕਰਦੇ ਹੋ ਇਹ ਤੁਹਾਡਾ ਘਰ ਬਾਏ ਕਰਨਗੇ ਔਰ ਕੈਸ਼ ਔਫਰ ਅਵੇਲੇਬਲ ਵੀ ਹੈਗੀ ਹੈ ਕੈਸ਼ ਔਫਰ ਕੋਈ ਨਹੀਂ ਦਿੰਦਾ ਲੇਕਿਨ ਟੀਮ ਰਾਜ ਜੱਗੀ ਤੁਹਾਨੂੰ ਕੈਸ਼ ਔਫਰ ਦੀ ਜਿਹੜੀ ਫੈਸਿਲਿਟੀ ਹੈ ਉਹ ਵੀ ਅਵੇਲ ਕਰ ਰਹੀ ਹੈ ਤੁਸੀਂ ਕੁਈਨਸ ਦੇ ਰਿਚਮੰਡ ਹਿੱਲ ਏਰੀਆ ਜਾਂ ਫਿਰ ਸਾਊਥ ਓਜ਼ੋਨ ਪਾਰਕ ਸਾਊਥ ਰਿਚਮੰਡ ਹਿੱਲ ਸਾਊਥ ਜਮਾਇਕਾ ਜਾਂ ਕਿਸੇ ਵੀ ਇਸ ਏਰੀਆ ਦੇ ਵਿੱਚ ਰਹਿੰਦੇ ਹੋ ਫਲੋਰਲ ਪਾਰਕ ਤੁਸੀਂ ਰਹਿੰਦੇ ਹੋ ਜਾਂ ਬੈਲਰੋਜ਼ ਰਹਿੰਦੇ ਹੋ ਐਂਡ ਯੂ ਵਾਂਟ ਟੂ ਮਾਈਗ੍ਰੇਟ ਟੂ ਹਿਕਸਵਿਲ ਪਲੇਨ ਵਿਊ ਵੈਸਟਬੈਰੀ ਮਿਨੀਓਲਾ ਜਾਂ ਫਿਰ ਤੁਸੀਂ ਹੋਰ ਅੱਗੇ ਡਿਕਸਲ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਅਗਰ ਤੁਸੀਂ ਜੈਰਿਕੋ ਜਾਣਾ ਚਾਹੁੰਦੇ ਹੋ ਤੁਸੀਂ ਰਾਜ ਜੀ ਹੋਰਾਂ ਨੂੰ ਕਾਲ ਕਰ ਸਕਦੇ ਹੋ ਇਹ ਤੁਹਾਡਾ ਘਰ ਬਾਏ ਕਰ ਲੈਣਗੇ ਔਰ ਤੁਹਾਨੂੰ ਇੱਥੇ ਘਰ ਦਵਾ ਦੇਣਗੇ ਕਿਉਂਕਿ ਕਈ ਸਾਰੀ ਲਾਈਫ ਜਿਹੜੇ ਨੇ ਉਹ ਚੇਂਜ ਹੋ ਚੁੱਕੀਆਂ ਹਨ ਅੱਜ ਲਗਭਗ 2 ਸਾਲ ਜਸ ਪੰਜਾਬੀ ਨੂੰ ਵੀ ਹੋ ਗਏ ਇਹਨਾਂ ਦੇ ਨਾਲ ਹਰ ਵੀਕ ਸ਼ੋਅ ਕਰਦੇ ਹੋਏ ਅਤੇ ਇਹਨਾਂ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਕਾਊਂਟ ਹੋ ਰਿਹਾ ਰੀਅਲ ਇਸਟੇਟ ਪ੍ਰੋਫੈਸ਼ਨ ਦੇ ਵਿੱਚ ਐਂਡ ਔਨ ਟੋਪ ਆਫ ਦੈਟ ਇਹਨਾਂ ਨੇ ਖੁਦ ਆਪ ਦੀ ਹੁਣ ਰੀਅਲ ਇਸਟੇਟ ਕੰਪਨੀ ਵੀ ਜਿਹੜੀ ਇਹ ਬ੍ਰੋਕਰ ਕੰਪਨੀ ਹੈ ਉਹ ਆਪ ਇਹਨਾਂ ਨੇ ਲਾਂਚ ਕਰ ਦਿੱਤੀ ਹੈ ਜੱਗੀ ਰੀਅਲ ਇਸਟੇਟ ਸਰਵਿਸਿਸ ਅਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੀ ਪੰਜਾਬੀ ਕਮਿਊਨਿਟੀ ਲਈ ਵੀ ਕਿ ਇੱਕ
पंजाबी बिजनेस एंटरप्रेन्योर जिहड़ा हैगा उह ग्रो हो रहा और नाले उह लोकां दी लाइफ भी चेंज कर रहा। राज जी डेफिनेटली वुड लव टू नो अबाउट दिस दिस प्रॉपर्टी। एक घर जिदा मैं दस्सिया मेरा मोस्टली बिजनेस मेरे रेफरल तो आंदा है, तो एक फैमिली नू मैं घर वेचिया सी, दे आर फ्रॉम पाकिस्तान इत्थे डिक्सल दे विच, उहनां दी सिस्टर ने हुण इह घर मार्केट 'च लाया है, वैली स्ट्रीम दे विच घर हैगा, 4 बैडरूम ते 3 बाथ, बेसमेंट फिनिश विद आउटसाइड एंट्रेंस, सो बहुत वधिया घर हैगा। जिहड़े बंदे ज़्यादा इधर लोंग आइलैंड 'च नहीं आना चाहते, दे वॉन्ट टू स्टे नीयर द बॉर्डर ऑफ क्वींस एंड दिस इज़ द ब्यूटीफुल हाउस, एवरीथिंग इज़ अपडेटेड, देखो किचन कितनी वधिया, ऑल ग्रेनाइट काउंटर टॉप बने हुए ने, इट्स अ वेरी कोजी हाउस, फर्स्ट टाइम होम बायर वास्ते है। इहदा सैटरडे संडे दोनों दिन असी ओपन हाउस कर रहे हैं, तो इस वीकेंड ते विक जाना है घर। सो असी जिद्दां बंदियां नूं गरंटी करदे हां कि इन्हां नूं इह गरंटी कीती है कि इन्हां दा घर इह बेचांगे ते उन्हां नूं अगे किते लै के देंगे, सो उहदे विच असी लोकां नूं मौका दे रहे हां, क्योंकि साडी जिहड़ी ऑफर है उत्ते पई है, बट अगर उन्हां नूं कुछ पैसे वध मिल जाणगे रही साडी कोशिश रहिंदी है, दैट्स वॉट सैलर लव अस। तो यह घर बहुत ही वधिया प्राइस रेंज दे विच हैगा ते रेडी टू मूव इन हैगा। जिन्हां बंदियां ने अज तक घर नहीं मिलिया, स्पैशली दे आर लुकिंग इन दिस एरिया लगवाड़ी एयरपोर्ट दे नेड़े और अपना JFK दे, दिस इज़ अ वेरी गुड हाउस एंड ब्रिक हैगा, फ्रंट बैक ब्रिक हैगा, वेरी रेयर हाउस हैगा, ते उपर तुसी देखो दे वो भी लगे हुए ने अपना की हुंदे ने, मैं भुल जांदा इहदे जो भी अपना लगे ने सोलर पैनल लगे हुए ने, सोलर पैनल सॉरी हाँ जी, सोलर पैनल लगे ने, तो भी उन्होंने अपने ने कि थोड़ा बिजली का बिल बहुत घट आएगा, टैक्स आर वेरी लो, सो आराम नाल एक फैमिली इत्थे रह सकती हैगी है जी, सो इट्स अ गुड हाउस टू बी इन। बिल्कुल राज जी, तुहाडे कोल हुण कई सारे क्वींस तो जिहड़े ने उह क्लाइंट्स आंदे होणगे, उहनां दी की रिक्वायरमेंट हुंदी है, की ढूंढदे ने उह अपने घर दे विच? ਉਹਨਾਂ ਦੀ ਰਿਕੁਆਇਰਮੈਂਟ ਇਹੀ ਹੁੰਦੀ ਹੈ ਕਿ ਮੇਨ ਤਾਂ ਗੁਰੂ ਘਰ ਦੇ ਨੇੜੇ ਹੋਵੇ, ਦੈਟਸ ਵਾਟ, ਇੱਥੇ ਹੁਣ ਇੱਕ ਹੋਰ ਇੱਕ ਗੁਰੂ ਘਰ ਆ ਰਿਹਾ ਐਕਸਵਲ ਦੇ ਏਰੀਆ ਦੇ ਵਿੱਚ ਜੀ, ਤੇ ਆਪਣਾ ਫਿਰ ਉਹਨਾਂ ਨੂੰ ਹੁੰਦਾ ਕਿ ਪੇਰੈਂਟਸ ਵਾਸਤੇ ਸੈਪਰੇਟ ਹੋਵੇ, ਬੱਚਿਆਂ ਨੂੰ ਹੁੰਦਾ ਕਿ ਸਾਡੀ ਆਪਣੀ ਪ੍ਰਾਈਵੇਸੀ ਹੋਵੇ, ਰਾਈਟ, ਸੋ ਉਹ ਉਹਨਾਂ ਦੀਆਂ ਰਿਕੁਆਇਰਮੈਂਟ ਹੁੰਦੀਆਂ, ਤੇ ਮੋਸਟ ਆਫ ਦਾ ਪੀਪਲ ਟਰਾਇੰਗ ਟੂ ਬਾਏ ਨਿਊ ਕੰਸਟਰਕਸ਼ਨ, ਤੁਸੀਂ ਹਿਸਾਬ ਲੱਗੋਗੇ ਕਿ ਨਿਊ ਕੰਸਟਰਕਸ਼ਨ ਆਲਮੋਸਟ ਐਵਰੀਥਿੰਗ ਆਈ ਸੋਲਡ ਇਟ, ਸੋ ਨਾਓ ਅੱਜ ਕੱਲ੍ਹ ਮੇਰੀ ਦੋ ਬਿਲਡਰਸ ਨਾਲ ਮੀਟਿੰਗ ਹੈਗੀ ਹੈ, ਦੋ ਪ੍ਰਾਪਰਟੀਆਂ ਹੋਰ ਆ ਰਹੀਆਂ ਨੇ, ਅਗਰ ਤੁਸੀਂ ਆਪਣਾ ਨਵਾਂ ਘਰ ਲੈਣਾ ਜਿਹੜਾ ਅੱਜ ਉਹਨਾਂ ਨੇ ਖੋਦਣਾ ਵੀ ਸ਼ੁਰੂ ਨਹੀਂ ਕੀਤਾ, ਤੇ ਸਾਡੇ ਕੋਲ ਉਹ ਵੀ ਪ੍ਰਾਪਰਟੀਆਂ ਆਈਆਂ ਨੇ, ਤੁਸੀਂ ਉਹਦੇ ਬਾਰੇ ਕੋਈ ਹੋਰ ਜਾਣਕਾਰੀ ਲੈਣੀ ਹੈ, 3650 square feet ਦਾ ਇੱਕ ਘਰ ਬਣ ਰਿਹਾ, ਇੱਕ 3250 square feet ਦਾ ਕਵਰਡ ਏਰੀਆ ਦਾ ਘਰ ਬਣ ਰਿਹਾ, 10,000 square feet ਦਾ ਲਾਟ ਹੈਗਾ, ਸੋ ਮਤਲਬ ਰੋਜ਼ ਹੀ ਕੁਛ ਨਾ ਕੁਛ ਹੋ ਰਿਹਾ ਹੈਗਾ। ਬਿਲਕੁਲ, ਔਰ ਨਿਊਲੀ ਕੰਸਟਰਕਸ਼ਨ ਜਿਹੜੀ ਰਾਜ ਜੀ ਹੁੰਦੀ ਉਹਦੀ ਡਿਮਾਂਡ ਜਿਹੜੀ ਹੈ ਉਹ ਜ਼ਿਆਦਾ ਆ ਰਹੀ ਹੈ, ਕਿਉਂਕਿ ਹਰ ਕੋਈ ਜ਼ਿਆਦਾ ਹੋ ਰਹੀ ਕਿ ਆਪਣੇ ਪੰਜਾਬੀਆਂ ਨੂੰ ਹੁੰਦਾ ਕਿ ਚੱਲ ਯਾਰ ਰਿਹਾ ਹੈ ਉੱਥੇ, ਅਤੇ ਨਾਲ ਉਹਨਾਂ ਦੇ ਡਾਲਰ ਦੀ ਵੈਲਿਊ ਵੱਧ ਚੁੱਕੀ ਹੈ, ਦੇਖੋ ਮੋੜ ਦੀ ਇੰਨੀ ਸਸਤੀ ਹੈਗੀ ਹੈ, ਜਿਹੜਾ ਬੰਦਾ 6 lakh ਦਾ ਘਰ ਬਾਇ ਕਰਦਾ ਸੀ ਅੱਜ ਦੀ ਡੇਟ 'ਚ 12 lakh ਦਾ ਘਰ ਬਾਇ ਕਰ ਸਕਦਾ ਹੈ। ਬਿਲਕੁਲ, ਇਟਸ ਰੀਅਲੀ ਗੁੱਡ ਫੋਰ ਬਾਇਰ ਮਾਰਕੀਟ ਹੋ ਚੁੱਕੀ ਹੈ। ਲੈਟਸ ਹੈਵ ਅਦਰ ਹਾਊਸ ਔਨ ਟੀਵੀ ਸਕਰੀਨ ਪਲੀਜ਼, ਲੈਟਸ ਹੈਵ ਅ ਲੁੱਕ ਔਨ ਦਿਸ ਟੌਪ ਡਾਲਰ ਹਾਊਸ, ਬਿਊਟੀਫੁਲ ਹਾਊਸ। This is another house, like four bedroom and do full bath hai, basement finish hai, everything is updated on this house. They are showing first time tomorrow, Saturday and Sunday. To dona din ch di showing hai, stainless steel appliances hage hai, everything is beautiful. The basement beautiful finish hai, dekho basement dekho, ki tusi basement de vich vi do room bane hoye ne, full bathroom vi basement de vich hega. So aram naal te piche pura big backyard hai. Available hai Raj ji hai kar? ਹਾਂ ਜੀ, ਇਹ ਕਿੱਥੇ ਅਵੇਲੇਬਲ ਹੈ? ਇਹ ਲੌਂਗ ਆਇਲੈਂਡ ਦੇ ਵਿੱਚ ਹੈਗਾ, ਬੈਥਪੇਜ ਦੇ ਵਿੱਚ। ਬੈਥਪੇਜ ਦੇ ਵਿੱਚ ਅਵੇਲੇਬਲ ਹੈ। ਹਾਂਜੀ ਹਾਂਜੀ, ਟ੍ਰੇਨ ਸਟੇਸ਼ਨ ਦੇ ਨੇੜੇ ਹੈਗਾ, ਸੋ ਵੈਰੀ ਗੁੱਡ ਕਨਵੀਨੀਅੰਟ ਲੋਕੇਸ਼ਨ ਦੇ ਉੱਤੇ ਆ। ਇਹਦਾ ਵੀ ਕੱਲ੍ਹ ਓਪਨ ਹਾਊਸ ਹੈਗਾ, ਪਹਿਲਾ ਓਪਨ ਹਾਊਸ ਹੈ, ਜਿੰਨੇ ਵੀ ਅੱਜ ਤੁਹਾਨੂੰ ਘਰ ਦਿਖਾ ਰਹੇ ਹਾਂ ਇਹ ਅੱਜ ਤੱਕ ਕਿਸੇ ਨੇ ਨਹੀਂ ਵੇਖੇ, ਅਤੇ ਫਸਟ ਟਾਈਮ ਟੀਮ ਰਾਜ ਜੱਗੀ ਦਿਖਾ ਰਹੀ ਹੈਗੀ ਹੈ। ਜੇ ਤੁਸੀਂ ਕਿਸੇ ਬ੍ਰੋਕਰ ਨਾਲ ਵੀ ਕਰ ਰਹੇ ਹੋ ਤਾਂ ਤੁਸੀਂ ਬ੍ਰੋਕਰ ਨਾਲ ਵੀ ਆ ਸਕਦੇ ਹੋ। ਆਮ ਨੋਟ ਸੇਇੰਗ ਕਿ ਮੈਂ ਕਿਸੇ ਨਾਲ ਬਿਜ਼ਨਸ ਨਹੀਂ ਕਰਨਾ, ਮੈਂ ਰਲ ਕੇ ਬਿਜ਼ਨਸ ਕਰਨ 'ਚ ਵਿਸ਼ਵਾਸ ਕਰਦਾ, ਤਾਂ ਹੀ ਮੈਂ ਸਾਰਿਆਂ ਨੂੰ ਦਿਖਾ ਕੇ ਵੇਚਦਾ। ਸੋ ਇਹ ਘਰ ਪਹਿਲੀ ਵਾਰ, ਅਕਸਰ ਤੁਹਾਨੂੰ ਸਵਾਲ ਇਹ ਵੀ ਆਉਂਦਾ ਹੋਏਗਾ ਕਿ ਯਾਰ ਲੌਂਗ ਆਇਲੈਂਡ ਦੇ ਵਿੱਚ ਟੈਕਸ ਬਹੁਤ ਜ਼ਿਆਦਾ ਨੇ, ਅਤੇ ਫਿਰ ਤੁਸੀਂ ਕੀ ਸਮਝਾਉਂਦੇ ਹੋ ਸਾਰੇ ਆਪਣੇ ਕਲਾਇੰਟਸ ਨੂੰ ਜਿਹੜੇ ਕੁਵੀਨਸ ਤੋਂ ਆਉਣਾ ਚਾਹੁੰਦੇ ਨੇ? ਕਿਉਂਕਿ ਕਈ ਸਾਰੇ ਸਾਨੂੰ ਵੀ ਸਵਾਲ ਕਰ ਚੁੱਕੇ ਨੇ ਕਿ ਲੌਂਗ ਆਇਲੈਂਡ ਦੇ ਵਿੱਚ ਟੈਕਸ ਬਹੁਤ ਜ਼ਿਆਦਾ। ਦੇਖੋ ਟੈਕਸ ਜਿਹੜਾ ਹੈਗਾ ਉਹ ਸਿਰਫ ਸਕੂਲ ਟੈਕਸ ਹੈਗਾ,
ਸਕੂਲ ਟੈਕਸ ਜਿਹੜਾ ਹੈਗਾ, ਦੇਖੋ ਜਿੱਦਾਂ ਦੀ ਸਕੂਲਿੰਗ ਹੋਏਗੀ ਉਹ ਸਿਰਫ ਇਹੀ ਡਿਫਰੈਂਸ ਹੈਗਾ, ਤੁਸੀਂ ਖਾਲੀ ਟੈਕਸ ਦੇ ਉੱਤੇ ਨਾ ਜਾਓ। ਲੋਂਗ ਆਈਲੈਂਡ 'ਚ ਪਾਣੀ ਕਿੰਨਾ ਸਸਤਾ ਹੈਗਾ, ਜਿਹੜਾ ਤੁਹਾਡਾ $100-150 ਮਹੀਨੇ ਦਾ ਬਿੱਲ ਆਉਂਦਾ, ਉੱਥੇ ਕੁਈਨਸ ਦੇ ਵਿੱਚ ਜਿਹੜਾ ਕਿ ਮਹੀਨੇ ਦਾ ਤੁਹਾਡਾ 1500 ਜਾਂ 2000 ਹੋ ਜਾਂਦਾ, ਇੱਥੇ ਤੁਹਾਡਾ ਮਹੀਨੇ ਦਾ ਨਹੀਂ ਸਾਲ ਦਾ 2000 ਹੋ ਜਾਂਦਾ, ਇੱਥੇ ਤੁਹਾਡਾ ਮਹੀਨੇ ਦਾ ਬਿੱਲ $30 ਆਉਂਦਾ ਹੈਗਾ। ਤਾਂ ਤੁਸੀਂ ਉਹ ਕਰਨ ਇੱਧਰੋਂ ਫੜੋ ਉੱਧਰੋਂ ਫੜੋ, ਤੁਹਾਡੀ ਇੰਸ਼ੋਰੈਂਸ ਜਿਹੜੀ ਹੈ ਅੱਧੀ ਹੋ ਜਾਂਦੀ ਹੈ, ਗੱਡੀਆਂ ਦੀ ਇੰਸ਼ੋਰੈਂਸ ਘੱਟ ਜਾਂਦੀ ਹੈ, ਤੁਹਾਡੀ ਹੈਲਥ ਇੰਸ਼ੋਰੈਂਸ ਘੱਟ ਜਾਂਦੀ ਹੈ, ਤੁਹਾਨੂੰ ਪਾਣੀ ਇੱਥੇ ਸਸਤਾ, ਬਿਜਲੀ ਸਸਤੀ ਹੈ, ਤੁਸੀਂ ਉਹ ਜਿਹੜਾ। ਔਰ ਫਿਰ ਸਭ ਤੋਂ ਵੱਡੀ ਗੱਲ ਹੈ ਕਿ $10,000 ਤੱਕ ਦਾ ਤੁਹਾਡਾ ਅੰਕਲ ਸੈਮ ਛੱਡ ਹੀ ਦਿੰਦਾ ਹੈਗਾ ਨਾ, $10,000 ਤੋਂ ਵੱਧ ਜਿਹੜਾ ਟੈਕਸ ਹੈ ਤੁਸੀਂ ਉਹ ਪੇ ਕਰਨਾ, ਜਿਹੜਾ ਵੀ ਤੁਸੀਂ ਇੱਕ ਹੋਮ ਬੰਦਾ ਘਰ ਲੈਂਦਾ ਹੈਗਾ ਉਹਨੂੰ $10,000 ਦੀ ਜਿਹੜੀ ਹੈਗੀ ਆ ਛੂਟ ਹੈਗੀ ਆ, ਤਾਂ ਉਹ ਕੋਈ ਤੁਹਾਡੇ ਜੇਬ 'ਚੋਂ ਨਹੀਂ ਪੈਂਦਾ, ਸਿਰਫ ਐਵੇਂ ਡਰਾਈ ਦੀ ਗੱਲ ਹੈਗੀ, ਕੁਛ ਨਹੀਂ ਹੈਗਾ ਇਹਦੇ ਵਿੱਚ। ਹਾਂ, ਤਾਂ ਤੁਸੀਂ ਕੋਈ ਡਰਨ ਦੀ ਲੋੜ ਨਹੀਂ, ਟੈਕਸ ਜ਼ਿਆਦਾ ਉਨੀ ਕੁ ਤੁਹਾਡੀ ਫੈਸਿਲਿਟੀ ਹੈ, ਵੱਡੇ ਲੋਟ ਮਿਲਦੇ ਨੇ, ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਬੇਸਮੈਂਟ ਖੁੱਲ੍ਹ ਮਿਲ ਜਾਂਦੀ ਹੈਗੀ ਹੈ, ਸੋ ਲੋਟ ਆਫ ਥਿੰਗਸ ਪਲੱਸ ਐਂਡ ਮਾਈਨਸ ਹੁੰਦੇ ਨੇ। ਕੁਈਨਸ ਵੀ ਕੋਈ ਬੁਰਾ ਨਹੀਂ ਹੈ, ਬਟ ਯੈਸ, ਵੈਲਿਊ ਫੋਰ ਡਾਲਰ ਇਜ਼ ਦੇਅਰ ਟੂ। ਜਿਹੜਾ ਘਰ ਆਪਾਂ ਕੁਈਨਸ ਵਗੈਰਾ 'ਚ $1,000,000 ਦਾ ਮਿਲਦਾ, ਉਸ ਤੋਂ ਡਬਲ ਘਰ ਇੱਥੇ ਤੁਹਾਨੂੰ 8 ਲੱਖ ਦਾ ਮਿਲ ਜਾਏਗਾ ਜਾਂ 7 ਲੱਖ ਦਾ ਮਿਲ ਜਾਏਗਾ। ਫਿਰ ਤੁਸੀਂ ਉਹ ਜਿਹੜੇ ਪੈਸੇ ਬਚੇ ਨੇ ਉਹ ਤੁਸੀਂ ਆਪਣੇ ਬਿਜ਼ਨਸ ਲਈ ਵੀ ਯੂਜ਼ ਕਰ ਸਕਦੇ ਹੋ, ਅੱਗੇ ਵੀ ਵਰਤ ਸਕਦੇ ਹੋ, ਜਾਂ ਕਿੱਥੇ ਹੋਰ ਇਨਵੈਸਟ ਕਰ ਸਕਦੇ ਹੋ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਤੇ ਲੈਟਸ ਹੈਵ ਅ ਲੁੱਕ ਆਫ ਅਦਰ ਹਾਊਸ ਔਨ ਟੀਵੀ ਸਕਰੀਨ ਪਲੀਜ਼, ਐਂਡ ਵਾਓ, ਬਿਊਟੀਫੁਲ ਹਾਊਸ। ਇਹ ਦੇਖੋ, ਇਹ ਬਿਊਟੀ ਹੈਗੀ ਹੈ, ਕੁਈਨਸ ਦੇ ਵਿੱਚ ਹੈਗਾ। ਅੱਛਾ, ਜਿਹੜੇ ਕੁਈਨਸ ਦੇ ਵਿੱਚ ਇਨਵੈਸਟਮੈਂਟ ਦੇ ਤੌਰ ਤੇ ਸੋਚ ਰਹੇ ਹੋ, ਕੁਈਨਸ ਐਂਡ ਲਾਸਟ ਸਟਰੀਟ ਆਫ ਦਾ ਫਲੋਰਲ ਪਾਰਕ, ਇਹਦੇ 6 ਬੈਡਰੂਮ, ਇਹ ਕੱਲ ਵਿਕ ਜਾਏਗਾ। ਮੈਂ ਪਹਿਲੀ ਵਾਰ ਕੱਲ ਮੈਂ ਇਹਦਾ ਲਾ ਰਿਹਾ, ਦੇਖੋ ਕਿੰਨਾ ਵੱਡੀ ਕਿਚਨ ਹੈਗੀ ਹੈ, ਇਹਦੇ 6 ਬੈਡਰੂਮ ਤੇ 4 ਫੁੱਲ ਬਾਥ ਹੈਗੇ ਨੇ। ਅੱਛਾ, ਬ੍ਰਿਕ ਅੱਗੋਂ ਪਿੱਛੋਂ ਸਾਈਡਾਂ ਵੀ ਬ੍ਰਿਕ ਹੈਗੀ ਹੈ, ਯੂਜਲੀ ਬ੍ਰਿਕ ਹਾਊਸ ਬਹੁਤ ਘੱਟ ਹੁੰਦੇ ਨੇ। ਇਹ ਘਰ ਜਿਹੜਾ ਹੈਗਾ ਕਿਸੇ ਬਿਲਡਰ ਨੇ ਆਪਣੇ ਵਾਸਤੇ ਬਣਾਇਆ ਸੀ, ਬਟ ਨਾਓ ਦੇ ਆਰ ਮੂਵਿੰਗ। ਆਹ ਦੇਖੋ ਤੁਸੀਂ, ਅੱਗੋਂ ਪਿੱਛੋਂ ਬ੍ਰਿਕ ਜਿਹੜੀ ਹੈਗੇ, ਸੋਲਰ ਪੈਨਲ ਇਹਦੇ 'ਚ ਵੀ ਲੱਗੇ ਹੋਏ ਨੇ, ਹਾਈਵੇ ਦੇ ਬਿਲਕੁਲ ਨੇੜੇ ਹੈਗਾ, ਕ੍ਰੋਸ ਆਈਲੈਂਡ ਪਾਰਕਵੇ ਨਿਕਲਦਾ ਹੀ ਇਹ ਘਰ ਹੈਗਾ। ਔਰ ਇੱਥੇ ਕੱਲ੍ਹ ਮੇਲਾ ਲੱਗਣ ਵਾਲਾ ਹੈਗਾ, ਅਗਰ ਤੁਸੀਂ ਔਨਲਾਈਨ ਦੇ ਉੱਤੇ ਦੇਖਣਾ ਤੇ ਇਹਦਾ ਮੈਂ ਐਡਰੈਸ ਤੁਹਾਨੂੰ ਦੱਸ ਦਿੰਦਾ, ਤੇ ਕੱਲ ਅਗਰ ਟਾਈਮ ਲੱਗੇ ਤੇ ਜਰੂਰ ਆਓ, ਮੈਂ ਪਰਸਨਲੀ ਉੱਥੇ ਆਵਾਂਗਾ, ਕਿਉਂਕਿ ਮੈਨੂੰ ਕਈ ਬੰਦਿਆਂ ਦਾ ਕਾਲ ਆਇਆ ਜੀ ਅਸੀਂ ਤੁਹਾਨੂੰ ਪਰਸਨਲੀ ਮਿਲਣਾ। ਮੈਂ ਕਿਹਾ ਭਾਈ ਆ ਜਾਓ, ਫਿਰ ਆਪਾਂ ਤੁਹਾਨੂੰ ਪਰਸਨਲੀ ਮਿਲਾਂਗੇ, ਕੋਈ ਹਰਜ ਨਹੀਂ ਹੈਗਾ। ਤੋ ਇਹ ਐਡਰੈਸ ਹੈਗਾ 244, ਜਿਹੜੇ ਕੱਲ ਜਾ ਰਹੇ ਨੇ ਉਹ ਧਿਆਨ ਜਰੂਰ ਰੱਖਿਓ, ਕੇਕ ਜਰੂਰ ਲੈ ਜਿਓ ਭਾਜੀ, ਹੋਰਾਂ ਲਈ ਬਰਥਡੇ ਹੈਗਾ ਇਹਨਾਂ ਦਾ। ਇਹਦਾ ਐਡਰੈਸ ਹੈ 244 1685th ਰੋਡ। ਠੀਕ ਹੈ ਜੀ। ਬ੍ਰਿਕ, ਆਲ ਬ੍ਰਿਕ ਹਾਊਸ ਹੈ, 3200 ਸਕੁਅਰ ਫੀਟ ਕਵਰਡ ਹੈ, 1500 ਸਕੁਅਰ ਫੀਟ ਦੀ ਬੇਸਮੈਂਟ ਹੈ, ਔਰ 10-10 ਫੁੱਟ ਦੀਆਂ ਛੱਤਾਂ ਨੇ ਇਹਦੀਆਂ। ਘਰ ਬੰਦ ਬਿਲਡਰ ਨੇ ਆਪਣੇ ਵਾਸਤੇ ਬਣਾਇਆ, ਇਟਸ ਵਨ ਆਫ ਦਾ ਕਾਇੰਡ ਹਾਊਸ। ਇਹ ਮੇਰਾ ਖਿਆਲ ਹੈ ਕੱਲ੍ਹ ਨਹੀਂ ਤਾਂ ਪਰਸੋਂ 2 ਦਿਨ ਦੇ ਵਿੱਚ ਵਿਕ ਜਾਣਾ, ਬਿਨਾਂ ਦੇਖੇ ਲੋਕ ਆਫਰਾਂ ਪਾ ਰਹੇ ਨੇ, ਇਹ ਘਰ ਇੰਨਾ ਹੌਟ ਹੋਇਆ ਹੋਇਆ, ਲੋਕੇਸ਼ਨ ਬਹੁਤ ਜ਼ਬਰਦਸਤ ਰਾਜੀ ਹੈ। ਕਿੰਨਾ ਲੋਟ ਹੋਏਗਾ? ਇਹਦਾ ਲਾਟ ਹੈ 6000 ਸਕੁਅਰ ਫੀਟ। ਅੱਛਾ ਜੀ। ਇਟਸ ਇਨ ਕੁਈਨਸ, ਵਾਓ, ਕਾਰਨਰ ਲਾਟ ਹੈ, ਔਰ ਉਸਦੇ 6000 ਉਹ ਕਹਿ ਰਿਹਾ, ਮੇਰਾ ਖਿਆਲ 7000 ਹੈਗਾ। ਯੂ ਕੈਨ ਸੀ ਕਿੰਨਾ ਹਿਊਜ ਹਾਊਸ ਹੈ, ਮਹਿਲ ਲੱਗਦਾ ਹੈ ਪੂਰਾ। ਇਸ ਲੋਂਗ ਆਈਲੈਂਡ ਦਾ ਹਾਊਸ, ਕੁਈਨ ਦੇ ਬਾਰਡਰ ਤੇ ਬਣਾਇਆ ਬੰਦੇ ਨੇ, ਤਾਂ ਟੈਕਸ ਬੜਾ ਘੱਟ ਹੈ ਇਹਦਾ, ਵੈਰੀ ਵੈਰੀ ਮਿਨੀਮਮ ਟੈਕਸ ਹੈਗਾ। ਓਨਲੀ 4-5 ਸਾਲ ਪਹਿਲਾਂ ਬਣਿਆ ਸੀ, ਤੇ ਨਾਓ ਹੀ ਇਜ਼ ਪਲੈਨਿੰਗ ਟੂ ਮੂਵ ਵਿਦ ਦੇਅਰ ਪੇਰੈਂਟਸ। ਸੋ ਇਟਸ ਅ ਬਿਊਟੀਫੁਲ ਹਾਊਸ, ਅਗਰ ਕਿਸੇ ਬੰਦੇ ਨੇ ਦੇਖਣਾ ਦੇ ਕੈਨ ਕਮ, ਐਂਡ ਵੀ ਆਰ ਸ਼ੋਇੰਗ, ਸਟਾਰਟ ਸ਼ੋਇੰਗ ਟੁਮਾਰੋ। ਪ੍ਰਾਈਸ ਰੇਂਜ ਜਿਹੜੀ ਉਹ ਕੱਲ ਹੀ ਪਤਾ ਲੱਗੇਗੀ ਸਾਰਿਆਂ ਨੂੰ? ਹੁਣ ਦੱਸ ਦਿੱਤੇ, ਫਿਰ ਫਾਇਦਾ ਕੀ ਹੈ, ਫਿਰ ਤਾਂ ਹੁਣ ਹੋਰ ਵੀ ਲੋਕ ਆ ਜਾਣਗੇ। ਬਹੁਤ ਮੇਰਾ ਮੇਰਾ ਹੁੰਦਾ ਕਿ ਪ੍ਰਾਈਸ ਟੂ ਸੈਲ ਹੁੰਦਾ, ਕਿਉਂਕਿ ਮੈਂ ਗਰੰਟੀ ਦਿੰਦਾ, ਇਫ ਆਈ ਡੋਨਟ ਸੈਲ ਆਈ ਬਾਏ, ਮੈਨੂੰ ਕੀ ਲੋੜ ਵੀ ਜ਼ਿਆਦਾ ਪ੍ਰਾਈਸ ਉਹਦੇ ਕਰਨ ਦੀ। ਸੋ ਆਈ ਨੋ ਵਿਦ ਪ੍ਰਾਈਸ ਇਜ਼ ਦੇਅਰ, ਸੋ ਵੀ ਗੋਨਾ ਹੈਵ ਇਟ, ਦੇ ਵਿਲ ਲਵ ਇਟ। ਉਹ ਜਿਹੜੇ ਵੀ ਦੇਖ ਰਹੇ ਨੇ, ਅਗਰ ਤੁਸੀਂ ਦੇਖ ਰਹੇ ਹੋ ਕਿਸੇ ਭੈਣ ਭਰਾ ਨੇ ਲੈਣਾ, ਕਿਸੇ ਰਿਸ਼ਤੇਦਾਰ ਨੇ ਲੈਣਾ, ਕਾਲ ਕਰੋ। ਇਹ ਨੰਬਰ ਜਿਹੜਾ ਲਿਖ ਲਿਆ 5165483020 ਤੇ ਕਾਲ ਕਰੋ, ਤੇ ਇਹ ਤੁਹਾਡਾ ਨੰਬਰ ਤੁਹਾਡੇ ਕੋਲ ਆ ਜਾਏਗਾ। ਕੱਲ ਅਸੀਂ ਓਪਨ ਹਾਊਸ ਕਰ ਰਹੇ ਹਾਂ, ਪਰਸੋਂ ਵੀ ਓਪਨ ਹਾਊਸ ਕਰ ਰਹੇ ਹਾਂ, ਅਗਰ ਕਿਸੇ ਨੇ ਓਪਨ ਹਾਊਸ ਤੇ ਨਹੀਂ ਆਣਾ, ਕਹਿੰਦਾ ਓਪਨ ਹਾਊਸ ਤੇ ਮੇਲਾ ਲੱਗਿਆ ਹੁੰਦਾ, ਤੇ ਅਸੀਂ ਪ੍ਰਾਈਵੇਟ ਸ਼ੋਇੰਗ ਵੀ ਕੱਲ ਤੋਂ ਸ਼ੁਰੂ ਕਰ ਰਹੇ ਹੈਗੇ ਆ। ਸੋ ਪਹਿਲਾਂ ਦੇਖਣਾ ਹੈ, ਸ਼ਾਮ ਨੂੰ ਦੇਖਣਾ ਹੈ, ਸੋ ਕੱਲ ਦਾ ਦਿਨ ਸਾਡਾ ਕਾਫੀ ਬਿਜ਼ੀ ਹੋਏਗਾ, ਤੇ ਆਮ ਜਸਟ ਗਿਵਿੰਗ ਯੂ ਦਿਸ ਇਜ਼, ਆਮ ਸ਼ੋਇੰਗ ਯੂ ਕਿ ਪਹਿਲੀ ਵਾਰ ਮੈਂ ਦਿਖਾ ਰਿਹਾ ਇਸ ਨੂੰ ਆਨਲਾਈਨ, ਤੋ ਡੋਂਟ ਮਿਸ ਦਿਸ ਹਾਊਸ। 5165483020 ਇਹ ਨੰਬਰ ਹੈ, ਆਪਣੀ ਅਪਾਇੰਟਮੈਂਟ ਹੁਲੇ ਹੀ ਬਣਾ ਲਓ, ਫਰੀ ਪਰਸਨ ਕੰਸਲਟੇਸ਼ਨ ਲਈ ਤੁਸੀਂ ਰਾਜੀ ਹੋਰਾਂ ਨੂੰ ਇਸ ਪ੍ਰੋਪਰਟੀ ਦੇ ਉੱਤੇ ਮਿਲ ਵੀ ਸਕਦੇ ਹੋ, 1-to-1 ਤੁਸੀਂ ਆਪਣੀ ਗੱਲ ਵੀ ਕਰ ਸਕਦੇ ਹੋ।
ਜੇਕਰ ਤੁਸੀਂ ਆਪਣਾ ਘਰ ਸੈੱਲ ਕਰਨਾ ਚਾਹੁੰਦੇ ਹੋ ਕੁਈਨਸ ਤੋਂ ਔਰ ਤੁਸੀਂ ਲੌਂਗ ਆਈਲੈਂਡ ਸ਼ਿਫਟ ਹੋਣਾ ਚਾਹੁੰਦੇ ਹੋ ਤਾਂ ਤੁਹਾਡਾ ਘਰ ਕੁਈਨਸ ਦੇ ਵਿੱਚ ਬਾਏ ਕਰ ਲੈਣਗੇ ਔਰ ਤੁਹਾਨੂੰ ਲੌਂਗ ਆਈਲੈਂਡ ਦੇ ਵਿੱਚ ਘਰ ਦਵਾ ਦੇਣਗੇ ਸੋ ਇਹ ਜਿਹੜੀ ਸਰਵਿਸ ਹੈ ਇਹ ਤੁਹਾਨੂੰ ਟੀਮ ਰਾਜ ਜੱਗੀ ਵੱਲੋਂ ਦਿੱਤੀ ਜਾ ਰਹੀ ਹੈ ਰਾਜ ਜੱਗੀ ਜੀ ਵੱਲੋਂ ਦਿੱਤੀ ਜਾ ਰਹੀ ਹੈ ਔਰ ਇਹਨਾਂ ਦਾ ਸਿਰਫ ਇੱਕ ਹੀ ਸੁਪਨਾ ਹੈ ਕਿ ਤੁਹਾਡੀ ਲਾਈਫ ਨੂੰ ਚੇਂਜ ਕਰੀਏ ਤੁਹਾਨੂੰ ਘਰ ਜਿਹੜਾ ਚਾਹੀਦਾ ਹੈ ਡ੍ਰੀਮ ਹਾਊਸ ਸੁਪਨਿਆਂ ਦਾ ਘਰ ਜਿਹੜਾ ਅਮੈਰੀਕਨ ਡ੍ਰੀਮ ਹਰ ਕਿਸੇ ਦਾ ਹੁੰਦਾ ਉਹ ਪੂਰਾ ਕਰਾਈਏ ਫਿਲਹਾਲ ਇੱਕ ਬ੍ਰੇਕ ਲਈ ਇੱਥੇ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਤੁਸੀਂ ਕਿੱਥੇ ਨਾ ਜਾਇਓ ਚੈਨਲ ਨੂੰ ਚੇਂਜ ਨਾ ਕਰਿਓ ਰਿਮੋਟ ਜਿਹੜਾ ਸਾਈਡ 'ਤੇ ਰੱਖ ਦਿਓ ਕਿਉਂਕਿ ਬ੍ਰੇਕ ਤੋਂ ਬਾਅਦ ਜਦ ਅਸੀਂ ਵਾਪਸ ਆਵਾਂਗੇ ਤੁਹਾਨੂੰ ਹੋਰ ਵੀ ਦਿਖਾਵਾਂਗੇ ਘਰ ਔਰ ਕਿਵੇਂ ਰਾਜ ਜੱਗੀ ਹੋਰਾਂ ਦੀ ਟੀਮ ਨੇ ਸੈਲੀਬ੍ਰੇਟ ਕੀਤਾ ਉਹਨਾਂ ਦਾ ਬਰਥਡੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਟੀਮ ਰਾਜ ਜੱਗੀ ਤੋਂ ਰਾਜ ਜੱਗੀ ਜੀ ਖੁਦ ਆਪ ਸਾਡੇ ਨਾਲ ਜੁੜੇ ਹੋਏ ਨੇ ਔਰ ਦਿਖਾ ਰਹੇ ਨੇ ਸਾਨੂੰ ਉਹ ਟੌਪ ਡਾਲਰ ਘਰ ਲੈਟਸ ਹੈਵ ਅ ਅਦਰ ਟੌਪ ਡਾਲਰ ਘਰ ਔਨ ਟੀ ਵੀ ਸਕਰੀਨ ਪਲੀਜ਼ ਹਾਂਜੀ ਰਾਜ ਜੀ ਇਹ ਵੀ ਬੈਲਰੋਜ਼ ਦੇ ਵਿੱਚ ਹੈਗਾ 4 ਬੈਡਰੂਮ 3 ਫੁੱਲ ਬਾਥ ਫਿਨਿਸ਼ ਬੇਸਮੈਂਟ ਇਹਦਾ ਵੀ ਕੱਲ ਓਪਨ ਹਾਊਸ ਹੈਗਾ ਇਟਸ ਅ ਬਿਊਟੀਫੁਲ ਹਾਊਸ ਇਹ ਵੀ ਬੰਦੇ ਕੁਈਨਸ ਤੋਂ ਵੇਚ ਕੇ ਇੱਧਰ ਲੌਂਗ ਆਈਲੈਂਡ ਮੂਵ ਹੋ ਰਹੇ ਨੇ ਅਤੇ ਇਹਦਾ ਵੀ ਕੱਲ੍ਹ ਪਹਿਲੇ ਦਿਨ ਸ਼ੋਇੰਗ ਹੈਗੀ ਹੈ ਰੈਡੀ ਟੂ ਮੂਵ ਜਦ ਸਮਾਨ ਪੈਕ ਕਰੋ ਇਸ ਘਰ 'ਚ ਆ ਜਾਓ ਤੋ ਅਗਰ ਤੁਸੀਂ ਉੱਥੇ ਵੇਚਣਾ ਇਹਨੂੰ ਲੈਣਾ ਇਹਨੂੰ ਵੇਚਣਾ ਅੱਗੇ ਲੈਣਾ ਸੋ ਸਾਰਾ ਇਕੱਠਾ ਹੀ ਇੱਕੋ ਹੀ ਥਾਂ ਦੇ ਉੱਤੇ ਕੰਮ ਹੋ ਰਿਹਾ ਹੈਗਾ ਇਟਸ ਅ ਬਿਊਟੀਫੁਲ ਹਾਊਸ ਫਸਟ ਟਾਈਮ ਹੋਮ ਬਾਇਰ ਵਾਸਤੇ ਜਸਟ ਆਫ ਦਾ ਹਿੱਲ ਸਾਈਡ ਐਵਨਿਊ ਦੇ ਉੱਤੇ ਘਰ ਹੈਗਾ ਸੋ 25x100 ਦਾ ਲਾਟ ਹੈਗਾ ਅਤੇ ਸਾਰਾ ਕੁਝ ਅਪਡੇਟਿਡ ਘਰ ਹੈਗਾ ਜੀ ਅਤੇ ਆਓ ਹੁਣ ਤੁਹਾਨੂੰ ਵਿਖਾਉਂਦੇ ਹਾਂ ਕਿਸ ਤਰੀਕੇ ਨਾਲ ਜਿਹੜਾ ਇਹਨਾਂ ਨੇ ਪ੍ਰੋਡਕਸ਼ਨ ਕੀਤੀ ਪਰ ਉਸ ਤੋਂ ਪਹਿਲਾਂ ਮੈਂ ਜਾਣ ਲਵਾਂ ਕਿ ਮੰਥਲੀ ਪ੍ਰੋਡਕਸ਼ਨ ਜਿਹੜੀ ਹੈ ਉਹ ਰਾਜ ਜੀ ਹੋਰਾਂ ਨੇ ਕੀ ਕੀਤੀ ਹੈਗੀ ਹੈ ਮੰਥਲੀ ਕੋਵਿਡ ਤੋਂ ਬਾਅਦ ਇੱਕਦਮ ਨਿਕਲਿਆ ਅਤੇ ਮਾਰਕੀਟ ਕਾਫੀ ਹੌਟ ਹੋ ਗਈ ਹੈ ਸੋ ਸਾਡੇ ਬਹੁਤ ਹੀ ਮਹਾਰਾਜ ਦੀ ਮਿਆਂ ਨਾਲ ਬਹੁਤ ਵਧੀਆ ਮਹੀਨਾ ਰਿਹਾ ਸੋ ਅਸੀਂ 18 ਨਵੇਂ ਘਰ ਆਏ ਸਾਡੇ ਕੋਲ ਇਹਨਾਂ 30 ਦਿਨ ਦੇ ਵਿੱਚ 31 ਦਿਨ 'ਚ ਵੇਚਣ ਵਾਸਤੇ ਅਤੇ 27 ਘਰ ਅਸੀਂ ਕਲੋਜ਼ ਕੀਤੇ 31 ਦਿਨ ਦੇ ਵਿੱਚ ਆਲਮੋਸਟ ਇੱਕ ਹਾਊਸ ਏ ਡੇ ਅੰਡਰ ਕੋਂਟਰੈਕਟ ਕੀਤੇ ਅਤੇ 16 ਕਲੋਜ਼ਿੰਗਾਂ ਹੋਈਆਂ ਸਾਡੀਆਂ ਇੱਕ ਮਹੀਨੇ 'ਚ ਐਵਰੀ ਅਦਰ ਡੇ ਵੀ ਹੈਵ 1 ਕਲੋਜ਼ਿੰਗ ਅਤੇ 35 ਅਦਰ ਬਾਇਰ ਅਸੀਂ ਸਾਨੂੰ ਉਹਨਾਂ ਨੇ ਹਾਇਰ ਕੀਤਾ ਕਿ ਯਾਰ ਸਾਨੂੰ ਘਰ ਲੈ ਦਿਓ ਸੋ ਤੁਹਾਡੇ ਮਾਧਿਅਮ 'ਤੇ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਬੰਦਿਆਂ ਨੇ ਘਰ ਵੇਚਣਾ ਹੈਗਾ ਫੀਲ ਫਰੀ ਟੂ ਕਾਲ ਅਸ ਨੰਬਰ ਜਿਹੜਾ 5165483020 'ਤੇ ਲੱਗਿਆ ਵੀ ਗਰੰਟਿਡ ਇਫ ਯੂ ਡੋਂਟ ਸੈਲ ਵੀ ਬਾਏ ਤੋ ਸਾਡੇ ਕੋਲ 35 ਬੰਦੇ ਸਾਡੇ ਕੋਲ ਹੋਰ ਨਵੇਂ ਆਏ ਨੇ ਜਿਹੜੇ ਬਾਏ ਕਰਨੇ ਨੇ ਤੋ ਸਾਡਾ ਟੀਚਾ ਹੈ ਕਿ ਹਰ 24 ਘੰਟੇ ਦੇ ਵਿੱਚ ਇੱਕ ਘਰ ਦੀ ਅਸੀਂ ਅੰਡਰ ਕੋਂਟਰੈਕਟ ਕਰੀਏ ਕਲੋਜ਼ਿੰਗ ਕਰੀਏ ਪਿਛਲੇ ਸਾਲ ਸਾਡਾ 36 ਆਵਰ ਦੇ ਵਿੱਚ ਸੀ ਤੋ ਇਸ ਵਾਰ ਕੰਮ ਬਹੁਤ ਹੀ ਹੌਟ ਹੋਇਆ ਹੋਇਆ ਅਤੇ ਤੁਸੀਂ ਵੀ ਅਗਰ ਜਿੱਦਾਂ ਸਾਨੂੰ ਮੈਨੂੰ ਪਿਆਰ ਦੇ ਰਹੇ ਹੋ ਬੰਦੇ ਮੇਰੇ ਨਾਲ ਜੁੜ ਰਹੇ ਨੇ ਹਰ ਤਰ੍ਹਾਂ ਦੇ ਬੰਦੇ ਜੁੜ ਰਹੇ ਨੇ ਤਾਂ ਮੈਂ ਇੱਕ ਇਹ ਆਸ਼ਵਾਸਨ ਦਿੰਦਾ ਆਪਣੇ ਵੱਲੋਂ ਟੀਮ ਰਾਜ ਜੱਗੀ ਵੱਲੋਂ ਕੋਈ ਵੀ ਬੰਦਾ ਜਿਹੜਾ ਹੈਗਾ ਡਿਸਸੈਟਿਸਫਾਈ ਨਹੀਂ ਹੋਏਗਾ ਹਰ ਬੰਦੇ ਨੂੰ 5-star ਸਰਵਿਸ ਮਿਲੇਗੀ ਅਤੇ ਅਸੀਂ ਫ੍ਰੀ ਕੰਸਲਟੇਸ਼ਨ ਦਿੰਦੇ ਹਾਂ ਕਿ ਕਿਸੇ ਬੰਦੇ ਨੇ ਘਰ ਵੇਚਣ ਦਾ ਸੋਚ ਰਿਹਾ ਅਤੇ ਤੁਸੀਂ ਕਾਲ ਕਰੋ ਇਸ ਨੰਬਰ 'ਤੇ ਬਿਲਕੁਲ 5165483020 ਜਿਹੜਾ ਨੰਬਰ ਹੈ ਟੀਵੀ ਸਕਰੀਨ 'ਤੇ ਚੱਲ ਰਿਹਾ ਫੋਰ ਫ੍ਰੀ ਪਰਸਨ ਕੰਸਲਟੇਸ਼ਨ ਲੈਟਸ ਹੈਵ ਅ ਲੁੱਕ ਔਨ ਦਿਸ ਵੀਡੀਓ Today is my birthday, okay? So I want to say what? Happy birthday! Happy birthday! So people say they to me, happy birthday to me. So I got calls from my friends, my family, say, today you should rest. I said, no, I should do what I love most. What I love real estate. I love my team, I love my office, I love my brokerage. All right, so today we are here. Today is the one of the best day in my team, everyone know every first week we do what is our production of the month. So I'm glad my team is rocking in Long Island. So this team, people said growing, somebody says somebody's going, God bless who are going.
all right? But I'm glad whoever trust me, they are here. And I want to give you my March production. So if you go, don't go there, okay? Jimmy, come here, man. Come here. He's the guy who always there for us to support. So when people said, how many listing a brokerage? A lot of people are coming, they want to join my team, my brokerage. So I asked them, how many houses you sold? Some bad people lie. Oh, I sold 15 houses. I said, bring me your 1099. I will make sure I will double in 1 year. This kind of business I'm running. Whoever list agents are watching my video, I'm giving this a surety. Whatever you did last year, show me your 1099. And the way I'm trying to teach my team, my training, you don't need to put any money from your pocket, no advertisements, no EDDM, no bus sign, no cold calling, no door knocking. This is a team who is doing wonderful job. I want to say thank you very much for my number one team. So I'll tell you how many new listings we got. People had 15 listings in the brokerage, 20 listings in the brokerage. A lot of brokerages are always follow me. I like it. And I like comments. People are doing comments. We got Team Raj Jaggi, 17 brand new listings this month only. So, ਤੁਸੀਂ ਵੇਖਿਆ ਕਿ ਜਿਹੜੀ ਟੀਮ ਦੇ ਵਿੱਚ ਜਿਸ ਤਰੀਕੇ ਨਾਲ ਉਹ ਮੋਟੀਵੇਸ਼ਨ ਮਿਲਦੀ ਹੈ ਜੇਕਰ ਤੁਸੀਂ ਹਜੇ ਤੱਕ ਆਪਣਾ ਪ੍ਰੋਫੈਸ਼ਨਲ ਪ੍ਰੋਫੈਸ਼ਨਲ ਜਿਹੜਾ ਤੁਹਾਡਾ ਪ੍ਰੋਫੈਸ਼ਨ ਹੈ ਐਂਡ ਯੂ ਵਾਂਟ ਟੂ ਚੇਂਜ ਯਰ ਪ੍ਰੋਫੈਸ਼ਨ ਐਂਡ ਯੂ ਵਾਂਟ ਟੂ ਕਮ ਟੂ ਰੀਅਲ ਅਸਟੇਟ ਤਾਂ ਟੀਮ ਰਾਜ ਜੱਗੀ ਹਾਇਰ ਵੀ ਕਰਦੀ ਹੈ 516-548-3020 ਬਕਾਇਦਾ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਸੀਂ ਟੀਮ ਰਾਜ ਜੱਗੀ ਦੇ ਨਾਲ ਜੁੜ ਸਕਦੇ ਹੋ ਰਾਜ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਔਰ ਸਾਨੂੰ ਸਰਗਰਮੀਆਂ ਦੱਸੀ ਰੀਅਲ ਅਸਟੇਟ ਜਗਤ ਦੇ ਵਿੱਚ ਔਰ ਹਮੇਸ਼ਾ ਅਕਸਰ ਇਹੀ ਕਹਿੰਦੇ ਆ ਯੂਰ ਹੋਮ ਸੋਲਡ ਗਰੰਟਿਡ ਅਦਰਵਾਈਜ਼ ਦ ਗਾਇ ਰਾਈਟ ਨਾਓ ਔਨ ਦ ਟੀਵੀ ਸਕਰੀਨ ਹੀ ਵਿਲ ਬਾਏ ਇਟ ਮਿਲਾਂਗੇ ਨੈਕਸਟ ਫਰਾਈਡੇ ਰਾਜ ਸਟਾਰਟ ਪੈਕਿੰਗ ਮਿਲਾਂਗੇ ਨੈਕਸਟ ਫਰਾਈਡੇ ਔਰ ਲੈ ਕੇ ਆਵਾਂਗੇ ਰੀਅਲ ਅਸਟੇਟ ਅਡਵਾਈਸ ਵਿਦ ਟੀਮ ਰਾਜ ਜੱਗੀ ਤਾਂ ਤੱਕ ਹੱਸਦੇ ਰਹੋ ਵੱਸਦੇ ਰਹੋ ਆਪਣੇ ਆਪ ਨੂੰ ਖੁਸ਼ ਰੱਖੋ ਆਪਣੇ ਮਾਂ ਪਿਓ ਨੂੰ ਖੁਸ਼ ਰੱਖੋ ਹੋਰ ਹਾਂ ਆਪਣੀ ਵਾਈਫ ਨੂੰ ਜ਼ਰੂਰ ਖੁਸ਼ ਰੱਖੋ ਯਾਰ ਧੰਨਵਾਦ ਸਤਿ ਸ਼੍ਰੀ ਅਕਾਲ